ਪਰਸੋਂ ਇੱਕ ਪੋਸਟ ਪਾਈ ਸੀ, ਕੱਲ ਪਾਈ ਸੀ, ਕਿੰਨਾ ਰੌਲਾ ਪਾਇਆ ਸਾਰਿਆਂ ਨੇ ਉਹਤੇ, ਦੁੱਖ ਤੋੜਦੇ ਰੌਲਾ ਪਾ ਪਾ। ਉਹ ਕਹਿੰਦੇ ਆ ਅਸੀਂ ਅਸੀਂ ਇੱਧਰ ਅਸੀਂ ਇੱਧਰ ਕਿਉਂ ਲੜੀ ਜਾਂਦੇ ਹਾਂ। ਕੋਈ ਕਹਿੰਦਾ ਅਸੀਂ ਡਿਸਲਾਈਕ ਕਰ ਦਾਂਗੇ। ਵੀਰ ਜੀ, ਜੇ ਕਿਤੇ ਆ ਡਿਸਲਾਈਕ ਵਾਲੇ ਬਟਨ ਤੁਸੀਂ ਨਾ ਜਦੋਂ ਵੋਟਾਂ ਪੈਂਦੀਆਂ ਅਕਾਲੀਆਂ ਕਾਂਗਰਸੀਆਂ ਦੇ ਦੱਬੇ ਹੁੰਦੇ ਤਾਂ ਕਿਸਾਨ ਅੱਜ ਖੁਦਕੁਸ਼ੀਆਂ ਨਾ ਕਰਦੇ, ਪੰਜਾਬ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰ ਨਾ ਹੁੰਦੀ। ਇੰਨੀਆਂ ਇੱਕ ਤਾਂ ਮੈਨੂੰ ਐਂ ਨਹੀਂ ਸਮਝ ਆਉਂਦੀ ਵੀ ਇਹ ਫੇਕ ਆਈਡੀਆਂ ਕਿਵੇਂ ਬਣਾਉਂਦੇ ਆ। ਜਿਹੜੇ ਗਲਤ ਕਮੈਂਟ ਵੀ ਆਉਂਦੇ ਨਾ ਕਈ ਵਾਰੀ, ਉਹ ਕਦੀ ਸਹੀ ਬੰਦੇ ਦੇ ਨਹੀਂ ਹੁੰਦੇ। ਉਹਨਾਂ ਨੂੰ ਆਈਡੀ ਨੂੰ ਖੋਲ੍ਹ ਕੇ ਦੇਖੋ ਅਤੇ ਕਿਸੇ 'ਤੇ ਦੋ ਫੋਲੋਅਰ ਹੁੰਦੇ, ਕਿਸੇ ਨੂੰ ਇੱਕ ਲਾਈਕ ਹੁੰਦਾ, ਅਤੇ ਇਹ ਬੰਦੇ ਕਲਾਕਾਰਾਂ ਦੇ ਆਪਸ 'ਚ ਵੈਰ ਪਵਾ ਦਿੰਦੇ। ਅਗਲਾ ਕਹਿੰਦਾ ਵੀ ਪਤਾ ਨਹੀਂ ਉਹ ਕਲਾਕਾਰ ਕਰਵਾ ਰਿਹਾ, ਕੱਲ੍ਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਉਹ ਫੇਕ ਆਈਡੀਆਂ ਨੇ। ਹੁਣ ਇਹ ਤਾਂ ਨਹੀਂ ਕਿ ਉਹ ਕਲਾਕਾਰ ਕਰਵਾ ਰਹੇ, ਨਹੀਂ ਹੈ, ਇਹ ਆਮ ਪਬਲਿਕ ਹੈ। ਆਮ ਪਬਲਿਕ ਕੋਲ ਕਿੰਨੇ ਕੁ ਜਣੇ ਹੋਣੇ? ਦੋ ਤਿੰਨ ਜਣੇ, ਦੋ ਤਿੰਨ ਬੰਦੇ ਹੁੰਦੇ ਉਹਨਾਂ ਨੇ ਫੇਕ ਆਈਡੀਆਂ ਵਾਲੇ ਕੰਮ ਕੀਤੇ ਹੁੰਦੇ। ਬਈ ਫੇਕ ਆਈਡੀਆਂ ਯਾਰ ਕਿਆ ਕੰਮ ਕਰਦੇ ਆ, ਇੰਨੀ ਵਿਹਲ ਕਿਵੇਂ ਆ ਤੁਹਾਨੂੰ? ਇੰਨੀ ਮਤਲਬ ਖੁੱਲ੍ਹ, ਜੇ ਤੁਸੀਂ ਕਿਤੇ ਆਹ ਫੇਕ ਆਈਡੀਆਂ ਬਣਾ ਕੇ ਅਕਾਲੀ ਕਾਂਗਰਸੀਆਂ ਨੂੰ ਨਿੰਦਿਆ ਹੋਵੇ ਨਾ, ਲਾਹਨਤਾਂ ਪਾਈਆਂ ਹੋਣ, ਤਾਂ ਸ਼ਾਇਦ ਸਾਡਾ ਪੰਜਾਬ ਸੌਖਾ ਹੋ ਜਾਂਦਾ। ਕੀ ਕਰੀ ਜਾਂਦੇ ਹੋ, ਇੰਨੀ ਮਿਹਨਤ ਕਾਹਤੋਂ ਲਾਉਂਦੇ ਹੋ? ਅਸੀਂ ਆਹ ਕਰ ਦਾਂਗੇ, ਉਹ ਕਰ ਦੇ, ਕੀ ਫਰਕ ਪੈਂਦਾ ਇਹਨਾਂ ਗੱਲਾਂ ਨਾਲ? ਜੇ ਆਪਾਂ ਇਹ ਗੱਲ ਕਹਿੰਦੇ ਵੀ ਇੱਕ ਦੂਜੇ ਦੀ ਇੱਜ਼ਤ ਕਰੋ, ਭਾਈ ਮਿਲ ਕੇ ਰਹੋ, ਰਲ ਮਿਲ ਕੇ, ਉਹ 'ਚ ਕੀ ਮਾੜੀ ਗੱਲ ਹੈ? ਸਾਰਿਆਂ ਦੇ ਤਾਂ ਮੈਂ ਗਾਣੇ ਸੁਣਦੀ ਹਾਂ, ਸਾਰਿਆਂ ਦੀਆਂ ਪੋਸਟਾਂ ਪਾਉਂਦੀ ਹਾਂ, ਆਪਾਂ ਕਿਹੜਾ ਕਿਸੇ ਗਰੁੱਪ 'ਚ ਹਾਂ? ਸਾਰਿਆਂ ਨੂੰ ਆਪਾਂ ਪਿਆਰ ਕਰਦੇ ਹਾਂ, ਜਿਹੜਾ ਬੰਦਾ ਵਧੀਆ ਗਾਉਂਦਾ ਜੋ ਵੀ ਆ। ਅਤੇ ਜਿਹੜਾ ਕੋਈ, ਜੇ ਤੁਸੀਂ ਹੁਣ ਸਾਡਾ ਫਰਜ਼ ਬਣਦਾ ਨਾ, ਜੇ ਹਰ ਇੱਕ ਚੀਜ਼ ਨੂੰ ਤਰੀਕੇ ਨਾਲ ਕਿਹਾ ਜਾ ਸਕਦਾ, ਜੇ ਕੋਈ ਕਿਸੇ ਚੀਜ਼ ਨੂੰ ਤੁਹਾਨੂੰ ਕਿਸੇ ਚੀਜ਼ ਦਾ ਕਿਸੇ 'ਤੇ ਗੁੱਸਾ, ਉਹਨੂੰ ਤਰੀਕੇ ਨਾਲ ਕਹੋ, ਕੋਈ ਗੱਲ ਨਹੀਂ। ਇਹ ਥੋੜ੍ਹੀ ਹੁੰਦਾ ਉਮੜ ਕੇ ਰੌਲਾ ਪਾਈ ਜਾਂਦੇ, ਐਵੇਂ ਕਲਾਕਾਰਾਂ ਦੇ ਇੱਕ ਦੂਜੇ ਨਾਲ ਵੈਰ ਪਵਾਈ ਜਾਂਦੇ। ਹੁਣ ਜਿਹੜੇ ਇੱਥੇ ਗਲਤ ਕਮੈਂਟ ਕਰਦੇ, ਮੈਂ ਇਹ ਮੰਨਾਂ ਵੀ ਇਹਨੂੰ ਕੋਈ ਕਲਾਕਾਰ ਕਰਵਾ ਰਿਹਾ, ਨਹੀਂ, ਉਹਨਾਂ ਨੇ ਉਹਨਾਂ ਨੂੰ ਕੀ ਲੋੜ ਹੈ, ਉਹ ਵਿਹਲੇ ਥੋੜ੍ਹੀ ਨੇ। ਦੋ ਚਾਰ ਬੰਦੇ ਐਵੇਂ ਫੇਕ ਆਈਡੀਆਂ ਬਣਾ ਕੇ ਲੱਗੇ ਹੋਏ ਨੇ, ਹੋਰ ਕੋਈ ਕੰਮ ਹੈਗਾ? ਜੇ ਤੁਸੀਂ ਆਪਣੇ ਹੱਕ ਮੰਗੇ ਹੁੰਦੇ ਨਾ ਇੰਨਾ ਜ਼ੋਰ ਲਾ ਕੇ, ਆਹ ਫੇਕ ਆਈਡੀਆਂ ਤੁਹਾਡੇ, ਤੁਹਾਨੂੰ ਤਾਂ ਤਰੀਕਾ ਬੜਾ ਆਉਂਦਾ, ਮਤਲਬ ਮੈਨੂੰ ਲੱਗਦਾ ਦਸ ਹਜ਼ਾਰ ਆਈਡੀਆਂ ਬਣਾ ਲੈਂਦੇ, ਜਿਉਂ ਲੱਗਦਾ ਤੇ ਧੁੱਕੀ ਪੇਲ ਦਾਂਗੇ, ਅਤੇ ਅਸੀਂ ਆਹ ਕਰ ਦਾਂਗੇ, ਤੇਰੀ ਬਣਾ ਦਾਂਗੇ ਰੇਲ, ਤੇਰੀ ਕਰ ਦਾਂਗੇ ਆਹ, ਤੇਰੇ ਕਰ ਦਾਂਗੇ ਡਿਸਲਾਈਕ, ਕੱਲ੍ਹ ਉੱਧਰ ਗਾਣਿਆਂ 'ਤੇ ਡਿਸਲਾਈਕ ਕਰ ਦਾਂ। ਉਹ ਮੇਰੇ ਰੱਬਾ, ਕਿੱਥੋਂ ਸਿੱਖਦੇ ਹੋ ਇੰਨਾ ਕੁਛ ਕਰਨਾ? ਕਿਉਂ ਇੰਨਾ ਦੁੱਖ ਤੋੜਦੇ ਹੋ? ਉਹ ਜਿਹੜੇ ਮਾਨਸਾ ਥੋੜ੍ਹੇ ਦਿਨ ਪਹਿਲਾਂ ਕਿਸਾਨ ਨੇ ਆਤਮ ਹੱਤਿਆ ਕਰ ਲਈ DC ਦਫ਼ਤਰ ਦੇ ਬਾਹਰ, ਕਾਸ਼ ਤੁਸੀਂ ਉਹਨਾਂ ਦੇ ਖਿਲਾਫ਼ ਬੋਲੇ ਹੁੰਦੇ। ਉਹ ਜਿਹੜਾ ਲੀਡਰ ਆ ਕੇ ਉੱਥੇ ਸਾਰਾ ਮਾਹੌਲ ਖਰਾਬ ਕਰਕੇ ਗਿਆ, ਕਾਸ਼ ਤੁਹਾਡੀਆਂ ਫੇਕ ਆਈਡੀਆਂ ਉੱਥੇ ਕੰਮ ਆ ਜਾਣ। ਫੇਕ ਆਈਡੀਆਂ ਯਾਰ, ਕੋਈ ਰੀਅਲ ਤਾਂ ਬੰਦਾ ਹੀ ਨਹੀਂ ਬੋਲਦਾ, ਰੀਅਲ ਸਿਆਣਾ ਬੰਦਾ ਤਾਂ ਬੋਲਦਾ ਹੀ ਨਹੀਂ ਇਹਨਾਂ ਚੀਜ਼ਾਂ ਉੱਤੇ। ਕਿਤੇ ਆ ਕੇ ਗੁੱਸਾ ਕਰੋ, ਆ ਕੇ ਤੁਸੀਂ ਫਲਾਣੀ ਸਿੰਗਰ 'ਤੇ ਉਹ ਬੋਲਿਆ ਸੀ, ਯਾਰ ਉੱਤੇ ਵੀ ਫੇਕ ਆਈਡੀਆਂ ਹੀ ਬੋਲਦੀਆਂ ਸੀ। ਕਦੀ ਨਹੀਂ ਕੋਈ ਕਲਾਕਾਰ ਕਿਸੇ ਨੂੰ ਮਾੜਾ ਕਹਿੰਦਾ ਹੁੰਦਾ ਇਸ ਤਰੀਕੇ, ਜਿੰਨਾ ਟਾਈਮ ਸਾਹਮਣੇ ਵਾਲਾ ਕੋਈ ਪੰਗਾ ਲਾ, ਜੋ ਪੰਗਾ ਲਊਗਾ ਅਸੀਂ ਬਣਾ ਦਾਂਗੇ ਰੇਲ ਉਹਨਾਂ ਦੀ। ਪੰਗਾ ਕਿਸੇ ਨੇ ਲਿਆ ਹੀ ਨਹੀਂ, ਕਦੇ ਕਿਸੇ ਨੇ ਕੁਛ ਕਿਹਾ ਨਹੀਂ। ਮੈਂ ਆਹ ਫਿਰ ਚਾਰ ਪੰਜ ਬੰਦੇ ਜਿਨ੍ਹਾਂ ਨੇ ਹਜ਼ਾਰਾਂ ਫੇਕ ਆਈਡੀਆਂ ਬਣਾ ਕੇ ਇੱਥੇ ਫੇਕ ਕਮੈਂਟ ਕਰ ਰਹੇ ਆ, ਮੈਂ ਉਹਦੇ ਚੱਕਰ 'ਚ ਕਿਸੇ ਆਰਟਿਸਟ ਦੇ ਖਿਲਾਫ਼ ਕਿਉਂ ਜਾਵਾਂ? ਜਾਂ ਤੁਸੀਂ ਕਹਿ ਰਹੇ ਹੋ ਤੁਸੀਂ ਜਦੋਂ ਉਹ ਸਿੰਗਰ ਨੂੰ ਉਹਨੇ ਬੋਲਿਆ ਤਾਂ ਤੁਸੀਂ ਕਿਹਾ ਨਹੀਂ, ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਕੁਛ ਕਿਸੇ ਨੂੰ ਬੋਲਦਾ ਕੋਈ। ਆਹੀ ਫੇਕ ਆਈਡੀਆਂ ਬਣਾ ਬਣਾ ਸਿੰਗਰ ਦਾ ਨਾਂ ਖਰਾਬ ਕਰ ਰਹੇ ਹੋ ਤੁਸੀਂ, ਇੱਕ ਦੂਜੇ ਦਾ ਆਪਸ 'ਚ ਵੈਰ ਪਵਾ ਰਹੇ ਹੋ। ਵਾਏ ਮੈਂ ਕਹਿੰਦੀ ਹਾਂ ਵੀ ਕਲਾਕਾਰ ਮਹਿਕਮੇ 'ਚ ਨਾ ਉਲਝੋ ਮੇਰੇ ਵੀਰ, ਕੋਈ ਨਾ ਮੇਰੇ ਕਰ ਲਓ ਜਿਹੜੇ ਡਿਸਲਾਈਕ ਕਰਨੇ ਨੇ, ਜੇ ਤੁਹਾਡੇ ਮਨ ਨੂੰ ਖੁਸ਼ੀ ਹੁੰਦੀ ਆ ਉਹ ਮੈਂ ਕਹਿੰਦੀ ਹਾਂ ਵੀ ਜਿਹੜੇ ਫੇਕ ਆਈਡੀਆਂ ਬਣਾਈਆਂ ਹੋਈਆਂ ਪਲੀਜ਼, ਇਹ ਜਿਹੜੇ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਜਿਉਂਦੇ ਜੀ ਮਾਰਤਾ, ਖਾ ਲਿਆ, ਬਰਬਾਦ ਕਰਤਾ, ਉੱਥੇ ਵੀ ਵਰਤੋ ਇਹਨਾਂ ਨੂੰ ਯਾਰ, ਤੁਹਾਡਾ ਕੰਮ ਚੰਗਾ ਤੁਹਾਡਾ, ਜਿਹਨੂੰ ਵੀ ਆ ਤਰੀਕੇ ਜਿਹੇ ਹੁੰਦੇ ਨਾ ਕੰਮ ਕਰਨ ਦੇ, ਆ ਫਲਾਣਾ ਧਿਉਂਕਾ, ਕੋਈ ਸਹੀ ਬੰਦਾ ਤਾਂ ਗਲਤ ਕਮੈਂਟ ਕਰਦਾ ਹੀ ਨਹੀਂ, ਸਿਆਣਾ ਬੰਦਾ ਉਹਦੇ ਕੋਲ ਕਿੱਥੇ ਵਿਹਲ ਆ, ਕਿਉਂ ਕਰੂਗਾ? ਉਹਨੂੰ ਜ਼ਿੰਦਗੀ 'ਚ ਹੋਰ ਕੰਮ ਬਹੁਤ ਜ਼ਿਆਦਾ ਆ, ਅਸੀਂ ਉਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਐਵੇਂ ਪਕਾਈ ਮਾਰੀ ਜਾਂਦੇ ਰਹਿੰਦੇ ਡੰਗਰ ਜੇ, ਵੀ ਸਿਆਣੀ ਗੱਲ ਕਰਿਆ ਕਰੋ। ਮੈਂ ਤੁਹਾਡੇ ਪੜ੍ਹ ਰਹੀ ਹਾਂ, ਗਾਣਾ ਸੁਣਾ ਦਿਓ ਯਾਰ, ਮੇਰਾ ਮੂਡ ਤਾਂ ਦੇਖ ਲਿਆ ਕਰੋ, ਮੈਂ ਥੋੜ੍ਹੀ ਹੁਣ ਇਸ ਟਾਈਮ ਤੁਹਾਨੂੰ ਦੱਸ ਰਹੀ ਹਾਂ। ਇੱਕ ਤਾਂ ਤੁਸੀਂ, ਤੁਹਾਨੂੰ ਖੁਸ਼ ਹੋਣੀ ਚਾਹੀਦੀ, ਖੁਸ਼ੀ ਹੋਣੀ ਚਾਹੀਦੀ ਹੈ, ਮੈਂ ਮਸਾਂ ਮਸਾਂ ਇੰਸਟਾਗ੍ਰਾਮ 'ਤੇ ਲਾਈਵ ਆਈ ਹਾਂ। ਓਕੇ, ਕਮੈਂਟਸ, ਇੰਨੇ ਕਮੈਂਟ ਆ ਗਏ,
ਕਿਸੇ ਨੇ ਕਿਹਾ ਵੀ ਇਹ ਕੁਛ ਨਹੀਂ ਕਰਨ ਜੋਗੇ, ਇਹ ਗੱਲਾਂ ਜੋਗੇ ਆ। ਦੇਖੋ ਅਸੀਂ, ਤੁਸੀਂ ਪਤਾ ਨਹੀਂ ਕਿਹਨੂੰ ਕਹਿ ਰਹੇ ਹੋ, ਸਾਹਮਣੇ ਵਾਲੇ ਨੂੰ ਕਹਿ ਰਹੇ ਹੋ, ਕੋਈ ਰੀਅਲ ਹੈ ਹੀ ਨਹੀਂ, ਸਾਰੇ ਫੇਕ ਆਈਡੀਜ਼ ਨੇ ਮੇਰਾ ਵੀਰ। ਉਹਨਾਂ ਨੇ ਕੀ ਕਰਨਾ, ਚਾਰ ਪੰਜ ਬੰਦਿਆਂ ਨੇ 10,000 ਫੇਕ ਆਈਡੀਆਂ ਬਣਾਈਆਂ ਨੇ, ਉਹ ਆਪਸ 'ਚ ਕੀ ਕਲਾਕਾਰਾਂ ਨੂੰ ਲੜਾ ਰਹੇ ਆ। ਕਿਸੇ ਜੇ ਅਸੀਂ ਸਾਰੇ ਇੱਕ ਫੈਮਲੀ ਹਾਂ, ਇੱਕ ਦੂਜੇ ਨੂੰ ਸਮਝਾਉਣਾ ਕਿ ਇੱਕ ਦੂਜੇ ਨਾਲ ਇੱਜ਼ਤ ਨਾਲ ਰਹੋ। ਜੇ ਤਾਂ ਕੋਈ ਬੰਦਾ ਤੁਹਾਡੇ ਨਾਲ ਡਾਇਰੈਕਟ ਪੰਗਾ ਲੈ ਰਿਹਾ, ਤੁਹਾਨੂੰ ਗਲਤ ਕਹਿ ਰਿਹਾ, ਤੁਸੀਂ ਉਹਦੇ ਨਾਲ ਭਿੜੋ। ਜੇ ਤੁਹਾਨੂੰ ਕੋਈ ਬੰਦਾ ਸਿੱਧਾ ਆ ਕੇ ਤੁਹਾਡੇ ਮੱਥੇ 'ਚ ਵੱਜਦਾ, ਤਾਂ ਦੱਸੋ ਅਗਲੇ ਨੂੰ ਵੀ ਉਹਦਾ ਨਤੀਜਾ। ਬਿਨਾਂ ਗੱਲ ਤੋਂ ਕਿਉਂ ਫੋਨ ਆਪਣਾ ਸੁਕਾਈ ਜਾਂਦੇ ਹੋ? ਉਹ ਸਾਰੇ ਕਲਾਕਾਰ ਆਪਦੇ ਘਰ ਬੈਠੇ ਟੀਵੀ ਦੇਖੀ ਜਾਂਦਾ, ਕੋਈ ਆਪਦੀ ਮੌਤ 'ਚ ਬੈਠੇ ਆ, ਨਜ਼ਾਰੇ ਨਾਲ ਬੈਠੇ ਆ, ਤੁਸੀਂ ਫੋਨ ਸੁਕਾਈ ਜਾਂਦੇ ਹੋ, ਦੁੱਖੀ ਵੇਲ ਦਿਆਂਗੇ, ਧੁੱਕੀ ਵੇਲ ਦਿਆਂਗੇ, ਆਹ ਕਰ ਦਾਂਗੇ, ਐਵੇਂ ਘਰ ਬੈਠੇ ਨਜ਼ਾਰੇ ਲਈ ਜਾਂਦੇ ਹੋ। ਸਿਆਣੇ ਬਣਿਆ ਕਰੋ, ਸਿਆਣੇ ਬਣਿਆ ਕਰੋ, ਐਵੇਂ ਇੱਕ ਦੂਜੇ ਨਾਲ ਆਰਟਿਸਟਾਂ ਦੇ ਡਿਫਰੈਂਸਿਸ ਨਾ ਕ੍ਰੀਏਟ ਕਰੋ। ਕਿਸੇ ਨੂੰ ਇਹ ਕਹਿਣਾ ਕਿ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਸਭ ਦੇ ਗਾਣੇ ਸੁਣੇ ਆ, ਇਹ ਸਭ ਨੂੰ ਪਤਾ, ਅਤੇ ਮੈਂ ਸੁਣਦੀ ਹਾਂ, ਮੈਂ ਆਪਾਂ ਕਿਸੇ ਦੇ ਗੁਲਾਮ ਨਹੀਂ ਹਾਂ, ਜਿਹਦਾ ਜੀ ਕਰਦਾ ਸੁਣਾਂਗੇ। ਪਰ ਜਿਹੜੀ ਚੀਜ਼ ਗਲਤ ਆ ਉਹ ਗਲਤ ਹੈ, ਉਹਦੇ ਲਈ ਮੈਂ ਬੋਲਣਾ, ਉਹ ਚਾਹੇ ਜਿਹੜਾ ਮਰਜ਼ੀ ਗਲਤ ਆ। ਮੇਰੇ ਕੋਲ ਕੋਈ ਚੀਜ਼ ਸਾਬਤ ਕਰੋ ਵੀ ਇਹਨੇ ਆਹ ਕੰਮ ਗਲਤ ਕੀਤਾ, ਕੋਈ ਕੀ ਕਰ ਰਿਹਾ ਇਹ ਉਹਦੀ ਚੋਇਸ ਆ, ਉਹਦੀ ਮਰਜ਼ੀ ਆ, ਠੀਕ ਹੈ। ਉਹਦੇ 'ਤੇ ਆਪਾਂ ਪੱਤੀ ਨਹੀਂ ਜਿਤਾਈ, ਨਾ ਮੈਂ ਅੱਜ ਤੱਕ ਜਿਤਾਈ, ਅਗਲੇ ਦੀ ਮਰਜ਼ੀ, ਜਿਹੜਾ ਜਿਹਨੇ ਜੀ ਕਰਦਾ ਗਾਈ। ਚਲੋ ਲੋਕ ਫੈਸਲਾ ਕਰਨਗੇ ਅਸੀਂ ਕਿਹਨੂੰ ਸੁਣਨਾ ਕਿਹਨੂੰ ਨਹੀਂ ਸੁਣਨਾ, ਠੀਕ ਹੈ। ਉਹਦਾ ਫੈਸਲਾ ਹੁੰਦਾ ਵੀ ਆ, ਲੋਕ ਬੋਲਦੇ ਵੀ ਆ, ਲੋਕ ਕਹਿੰਦੇ ਵੀ ਆ ਵੀ ਆਹ ਚੀਜ਼ ਗਾਉਣੀ ਚਾਹੀਦੀ, ਆਹ ਚੀਜ਼ ਨਹੀਂ ਗਾਉਣੀ ਚਾਹੀਦੀ। ਪਰ ਇੱਕ ਦੂਜੇ ਨਾਲ ਪਿਆਰ ਨਾਲ, ਮੁਹੱਬਤ ਨਾਲ, ਰਿਸਪੈਕਟ ਨਾਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਰੌਲਾ ਨਾ ਪਾਇਆ ਕਰੋ ਫਾਲਤੂ ਦਾ ਇੰਨਾ, ਠੀਕ ਲੱਗਿਆ। ਪੂਰੀ ਇੰਡਸਟਰੀ 'ਚ ਤੁਸੀਂ ਹੋ, ਮਾਨਸਾ ਮੈਂ ਹਮੇਸ਼ਾ ਸੱਚ ਲਈ ਬੋਲਦੀ ਹਾਂ, ਸਹੀ ਲਈ ਬੋਲਦੀ ਹਾਂ। ਮੇਰਾ ਕੋਈ ਇੱਥੇ ਮਾਸੀ ਦਾ ਮੁੰਡਾ ਨਹੀਂ, ਕੋਈ ਮੇਰੀ ਭੂਆ ਦਾ ਮੁੰਡਾ ਨਹੀਂ, ਜੋ ਸਹੀ ਹੈ ਉਹ ਬੋਲਾਂਗੇ। ਅੱਜ ਤੱਕ ਤੁਹਾਨੂੰ ਸਭ ਨੂੰ ਪਤਾ ਮੈਂ ਕਦੇ ਕਿਸੇ ਬਾਰੇ ਟਿੱਪਣੀ ਕਰਨ ਦੀ ਲੋੜ ਨਹੀਂ। ਕੱਲ੍ਹ ਦੇ ਉਹ ਸਿੱਧੂ ਬਾਰੇ ਲੱਗੇ ਪਏ ਨੇ ਇੱਦਾਂ 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 ਇੱਦਾਂ, ਮੈਨੂੰ ਵਧੀਆ ਜਾਣਦਾ ਮੁੰਡਾ, ਉਹ ਸਾਡੇ ਪਿੰਡਾਂ ਦਾ ਮੁੰਡਾ ਹੈ। ਮੈਨੂੰ, ਮੈਂ ਤਾਂ ਉਹਨੂੰ ਪਰਸਨਲੀ ਵੀ ਕਿਹਾ ਸੀ ਵੀ ਆਪਾਂ ਆਪਣੇ ਤੋਂ, ਜੇ ਕੋਈ ਸੀਨੀਅਰ ਬੰਦਾ, ਹਰ ਗੱਲ ਕਹਿਣ ਦਾ ਇੱਕ ਤਰੀਕਾ ਹੁੰਦਾ, ਅਤੇ ਮੈਂ ਕੋਈ ਉਸ ਚੀਜ਼ ਦੇ ਉੱਤੇ ਇਹ ਨਹੀਂ ਕਿਹਾ ਕਿ ਹਾਂ ਹਾਂ ਇਹਨੇ ਆਹ ਕੀ ਗਾਉਂਦਾ ਉਹ ਕੀ ਗਾਉਂਦਾ, ਮੈਂ ਉਸ ਚੀਜ਼ 'ਤੇ ਕੰਪੈਰੀਜ਼ਨ ਨਹੀਂ ਕੀਤਾ, ਠੀਕ ਹੈ। ਕੋਈ ਇੱਥੇ ਮੇਰਾ ਵੈਰੀ ਨਹੀਂ ਆ, ਸਾਰੇ ਮੇਰੇ ਲਈ, ਅਤੇ ਜੋ ਚੀਜ਼ ਮੈਨੂੰ ਸਹੀ ਲੱਗਦੀ ਹੈ ਮੈਂ ਬੋਲਦੀ ਹਾਂ, ਅਤੇ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਸੱਚ ਬੋਲਣ ਤੋਂ, ਅਤੇ ਮੈਂ ਕਿਸੇ ਦੇ ਖਿਲਾਫ਼ ਨਹੀਂ ਹਾਂ। ਉਹਦੇ ਗਾਣੇ ਵਿੱਚ ਵੀ ਸੁਣੇ ਆ, ਮੈਂ ਬਥੇਰੀਆਂ ਪੋਸਟਾਂ ਪਾਈਆਂ, ਐਪਰੀਸ਼ੀਏਟ ਕੀਤਾ ਹਮੇਸ਼ਾ ਮਾਨ ਸਾਹਿਬ ਨੂੰ, ਅਤੇ ਮੈਂ ਫੋਲੋ ਕਰਦੀ ਹਾਂ ਸ਼ੁਰੂ ਤੋਂ, ਰਿਸਪੈਕਟ ਕਰਦੀ ਹਾਂ। ਜਿੰਨਾ ਟਾਈਮ ਉਹਨਾਂ ਕੋਲ ਬੈਠੀ ਹਾਂ, ਹਮੇਸ਼ਾ ਸਿੱਖਣ ਨੂੰ ਮਿਲਦਾ, ਸਿਰ 'ਤੇ ਹੱਥ ਰੱਖ ਕੇ ਮਿਲਦੇ, ਇੱਦਾਂ ਬੱਚਿਆਂ ਵਾਂਗੂ ਮਿਲਦੇ ਆ, ਸੋ ਚੀਜ਼ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ। ਸਾਰੇ ਵਧੀਆ ਨੇ, ਗਲਤ ਨੂੰ ਗਲਤ 'ਤੇ ਬੋਲਣਾ ਬਹੁਤ ਜ਼ਰੂਰੀ ਹੈ, ਡਬਲ ਸਟੈਂਡਰਡ ਗੱਲ। ਫਿਰ ਪਿੱਛੇ ਲੜੀ ਜਾਣਗੇ, ਉਹ ਕਹਿੰਦੇ ਅਸੀਂ ਉਹਦੇ ਨਾਲ ਆ, ਉਹ ਕਹਿੰਦੇ ਅਸੀਂ ਉਹਦੇ ਨਾਲ ਆ, ਐਵੇਂ ਰੌਲਾ ਪਾਈ ਜਾਂਦੇ ਨੇ। ਇੱਧਰ ਧਿਆਨ ਹਟਾ ਲਓ, ਉੱਧਰ ਹੱਕ ਲੈ ਲਓ, ਆਪਣੇ ਹੱਕ ਲੈਣੇ ਆ। ਪਤਾ ਤੁਹਾਨੂੰ ਤੁਹਾਡੇ ਕੀ ਕਾਨੂੰਨੀ ਅਧਿਕਾਰ ਨੇ, ਕਿਹੜੇ ਕਿਹੜੇ ਹੱਕ ਨੇ ਤੁਹਾਡੇ, ਕਿੱਥੇ ਕਿੱਥੇ ਤੁਹਾਡਾ ਪੈਸਾ ਡੁੱਬਿਆ ਪਿਆ, ਸਰਕਾਰੀ ਖਜ਼ਾਨਾ ਕਿੰਨਾ ਹੁੰਦਾ, ਕੈਪਟਨ ਸਾਹਿਬ ਨੇ ਤੁਹਾਨੂੰ ਕਿਵੇਂ ਲੁੱਟ ਲਿਆ, ਬਾਦਲ ਸਾਹਿਬ ਨੇ ਤੁਹਾਨੂੰ ਕਿਵੇਂ ਲੁੱਟ ਲਿਆ, ਕੁਛ ਪਤਾ ਹੈ ਕਿਸੇ ਨੂੰ? ਪਰ ਫੇਕ ਆਈਡੀ ਵਾਲਿਆਂ ਨੂੰ ਕਿੱਥੇ ਪਤਾ ਹੋਣਾ, ਵਿਚਾਰੇ ਚਾਰ ਪੰਜ ਜਣੇ, ਇੱਕ ਤਾਂ ਕੋਰਸ ਪਤਾ ਨਹੀਂ ਕਿੱਥੋਂ ਕੀਤਾ ਇਹ ਫੇਕ ਆਈਡੀਆਂ ਵਾਲਾ ਇਹਨਾਂ ਨੇ। ਮੈਂ ਕਹਿੰਦੀ ਹਾਂ ਬਈ ਸਿਆਣੇ ਬਣੋ ਸਾਰੇ ਜਣੇ, ਹੈ ਨਾ, ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ 'ਤੇ ਨਹੀਂ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਭਕਾਈ ਨਹੀਂ ਮਾਰੀ ਦੀ ਹੁੰਦੀ, ਸਾਰਿਆਂ ਨੂੰ ਜਾਣਦੀ ਹਾਂ ਮੈਂ,
ਤੇ ਸਾਰਿਆਂ ਨੂੰ ਪਤਾ ਇਸ ਗੱਲ ਦਾ ਤੇ ਆਰਟਿਸਟਾਂ ਦਾ ਇੱਕ ਦੂਜੇ ਨਾਲ ਵੈਰ ਪਵਾਉਣਾ ਬੰਦ ਕਰੋ ਫੇਕ ਆਈਡੀਆਂ ਵਾਲੇ ਬਣਾ ਬਣਾ ਕੇ ਉਹ ਉਹਨੂੰ ਪਹਿਲਾਂ ਇੱਕ ਆਰਟਿਸਟ ਨੂੰ ਫੇਕ ਆਈਡੀਆਂ ਬਣਾ ਬਣਾ ਉਹਨੂੰ ਟੌਰਚਰ ਕੀਤਾ ਉਹਨੂੰ ਲੱਗਿਆ ਮੈਨੂੰ ਉਹ ਆਰਟਿਸਟ ਕਰ ਰਿਹਾ ਯਾਰ ਕਿਸੇ ਨੇ ਕਿਸੇ ਨੂੰ ਬੋਲਿਆ ਕੀ ਹੈ ਕਦੇ ਮੈਨੂੰ ਸਬੂਤ ਪੇਸ਼ ਕਰੋ ਕਿ ਬੱਬੂ ਮਾਨ ਸਾਹਿਬ ਨੇ ਅੱਜ ਤੱਕ ਬੋਲ ਕੇ ਕਿਸੇ ਬੰਦੇ ਨੂੰ ਮਾੜਾ ਕਿਹਾ ਕਿਹੜੇ ਬੰਦੇ ਨੂੰ ਮਾੜਾ ਕਿਹਾ ਕਿਹਦਾ ਨਾਂ ਲੈ ਕੇ ਕਿਹਨੂੰ ਮਾੜਾ ਕਹਿਤਾ ਕਿਸੇ ਨੂੰ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੀ ਮੈਂ ਕਹਿੰਦੀ ਵੀ ਪਿਆਰ ਨਾਲ ਰਹੋ ਸਤਿਕਾਰ ਨਾਲ ਰਹੋ ਹਮੇਸ਼ਾ ਜੇ ਕਿਸੇ 'ਤੇ ਗੁੱਸਾ ਤਾਂ ਤਰੀਕੇ ਨਾਲ ਕੱਢਿਆ ਜਾਂਦਾ ਵੀ ਭਾਈ ਆਹ ਗੱਲ ਮੈਨੂੰ ਤੇਰੀ ਚੰਗੀ ਨਹੀਂ ਲੱਗੀ ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਆਪਣੇ ਤੋਂ ਵੱਡੇ ਆਰਟਿਸਟਾਂ ਦੀ ਸੀਨੀਅਰ ਆਰਟਿਸਟਾਂ ਦੀ ਇੱਜ਼ਤ ਕਰਨ ਲਈ ਤਾਂ ਬਹੁਤ ਜ਼ਰੂਰੀ ਹੈ ਠੀਕ ਹੈ ਆਹ ਲੋਕਾਂ ਦੀ ਸੋਚ ਲੋਕ ਕਾਂਵਲੇ ਐਵੇਂ ਅਣਖ ਜਗਾਈ ਬੈਠੇ ਨੇ ਗੱਲਾਂ ਕਰਾਂ ਪਿੱਛੇ ਕਾਂਵਲੇ ਦਾ ਅਣਖ ਕਾਹਦੀਆਂ ਤੁਸੀਂ ਅਣਖਾਂ ਜਗਾਈਆਂ ਚੰਗੇ ਮਾੜੇ ਪੈਸੇ ਕਮਾਈ ਜਾਂਦੇ ਸਾਰੇ ਆਪਦੇ ਆਪਦੇ ਘਰਾਂ 'ਚ ਬੈਠੇ ਆ ਆਹ ਦੇਖ ਲਓ ਵਧੀਆ ਸੈੱਟ ਆ ਕੰਮ ਓਕੇ ਰਿਪੋਰਟਾਂ ਨੇ ਤੁਸੀਂ ਕੀ ਲੈਣਾ ਯਾਰ ਤੁਸੀਂ ਗਾਣੇ ਸੁਣਿਆ ਕਰੋ ਜੇ ਗਾਣਾ ਵਧੀਆ ਲੱਗਦਾ ਸੁਣ ਲਿਆ ਕਰੋ ਨਹੀਂ ਵਧੀਆ ਲੱਗਦਾ ਨੰਘਾ ਦਿਆ ਕਰੋ ਇਹ ਤਾਂ ਸਾਡੇ ਪਿੱਛੇ ਥੋੜ੍ਹੀ ਲੜੀਦਾ ਹੁੰਦਾ ਕਲਾਕਾਰਾਂ ਪਿੱਛੇ ਨਹੀਂ ਲੜੀਦਾ ਹੁੰਦਾ ਸਪੋਰਟ ਕਰਿਆ ਕਰੋ ਪਿਆਰ ਕਰਿਆ ਕਰੋ ਪਰ ਕੋਈ ਚੀਜ਼ ਗੱਲ ਤਾਂ ਸਿੰਪਲ ਕਹਿ ਦਿਓ ਕਹਿੰਦੇ ਹੁੰਦੇ ਆ ਬੰਦਾ ਗਾਲਾਂ ਉਦੋਂ ਕੱਢਦਾ ਜਦੋਂ ਉਹਦੀ ਇਨਸਾਨੀਅਤ ਮੁੱਕ ਜਾਏ ਜਦੋਂ ਉਹਦੇ ਕੋਲ ਸ਼ਬਦ ਮੁੱਕ ਜਾਣ ਥੱਲੇ ਬਹਿ ਕੇ ਥੋਡੀਆਂ ਤੇਰੀਆਂ ਕੀ ਚੰਗਾ ਲੱਗਦੀਆਂ ਗੱਲਾਂ ਗਾਲਾਂ ਬੰਦੇ ਦੇ ਮੂੰਹ 'ਚ ਉਦੋਂ ਆਉਂਦੀਆਂ ਜਦੋਂ ਉਹਦੇ ਅੰਦਰ ਸੰਸਕਾਰ ਖਤਮ ਹੋ ਜਾਂਦੇ ਆ ਅਸੀਂ ਪੰਜਾਬੀ ਕੌਮ ਦੇ ਵਿੱਚ ਜਨਮ ਲਿਆ ਪੰਜਾਬੀ ਕੌਮ ਦੇ ਵਾਰਸਾਂ ਇਹੋ ਜਿਹੀਆਂ ਗੰਦੀਆਂ ਸ਼ਬਦਾਵਲੀ ਵਰਤਦੇ ਅਸੀਂ ਸੋਹਣੇ ਨਹੀਂ ਲੱਗਦੇ ਠੀਕ ਹੈ ਅਤੇ ਰਹੀ ਗੱਲ ਮੈਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਨਾ ਇਹਨਾਂ ਚੱਕਰਾਂ 'ਚ ਪੈਂਦੀ ਹਾਂ ਅਤੇ ਮੈਂ ਕਹਿੰਦੀ ਹਾਂ ਨਜ਼ਾਰੇ ਲਓ ਸਰਕਾਰਾਂ ਤੋਂ ਆਪਦੇ ਹੱਕ ਮੰਗੋ ਉੱਥੇ ਬੋਲਿਆ ਕਰੋ ਆ ਜਿਹੜੇ ਫੇਕ ਆਈਡੀਆਂ ਨੇ ਮੇਰੇ ਵੀਰ ਤੁਹਾਨੂੰ ਬੇਨਤੀ ਆ ਵੀ ਪਲੀਜ਼ ਆ ਆਈਡੀਆਂ ਆਪਣੀ ਉੱਧਰ ਵਰਤੋ ਉੱਧਰ ਲਾਓ ਜ਼ੋਰ ਇਹਨਾਂ ਨਾਲ ਇੱਦਾਂ ਥੋੜ੍ਹੀ ਹੁੰਦਾ ਯਾਰ ਕਿਉਂ ਵਿਹਲੇ ਆਪਣਾ ਟਾਈਮ ਵੇਸਟ ਕਰ ਰਹੇ ਹਾਂ ਕੀ ਲੈਣਾ ਤੁਸੀਂ ਕਿਸੇ ਇਹਨਾਂ ਤੋਂ ਐਂ ਕਰ ਦਾਂਗੇ ਉਹ ਕਰ ਦਾਂਗੇ ਕੀ ਹੋ ਜੂ ਉਹਦੇ ਨਾਲ ਪੰਜਾਬ ਦਾ ਸੁਧਾਰ ਹੋ ਜੂ ਕਿਸਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਬੰਦ ਕਰ ਦੇਣੀਆਂ ਮੰਡੀਆਂ 'ਚ ਫਸਲਾਂ ਰੁਲਣੀਆਂ ਬੰਦ ਹੋ ਜਾਣਗੀਆਂ ਬੇਰੁਜ਼ਗਾਰੀ ਦਾ ਮਸਲਾ ਹੱਲ ਹੋ ਜੂ ਧੀਆਂ ਦੇ ਬਲਾਤਕਾਰ ਬੰਦ ਹੋਣੇ ਬੰਦ ਹੋ ਜਾਣਗੇ ਹੈਂ ਡਿਸਲਾਈਕ ਕਰਨ ਨਾਲ ਜਾਂ ਇੱਥੇ ਆ ਕੇ ਗਾਲਾਂ ਕੱਢਣ ਨਾਲ ਪੰਜਾਬ ਦਾ ਕੋਈ ਸੁਧਾਰ ਹੋ ਜੂਗਾ ਪੱਕਾ ਹੀ ਮਰੀ ਜਾਂਦੇ ਰਹਿੰਦੇ 24 ਘੰਟੇ ਡੰਗਰ ਜੇ ਸਿਆਣੇ ਬਣ ਜਾਓ ਨਿੱਕੇ ਨਿੱਕੇ ਹੈਗੇ ਹੋ ਤੁਸੀਂ ਹੱਕਾਂ ਲਈ ਬੋਲ ਰਹੀ ਹਾਂ ਹੋਰ ਕਿਹਦੇ ਲਈ ਬੋਲ ਰਹੀ ਹਾਂ ਕੌਣ ਆ ਇੱਕ ਮਿੰਟ ਕੱਲਾ ਮਾਨ 005 ਪਹਿਲਾਂ ਤਾਂ ਨਾਂ ਬਈ ਗਲਤ ਰੱਖਿਆ ਤੂੰ ਆਪਦਾ ਤੁਸੀਂ ਵੀ ਹੱਕਾਂ ਲਈ ਬੋਲੋ ਤੁਸੀਂ ਕਿਉਂ ਸਿੰਗਰਾਂ ਪਿੱਛੇ ਬੋਲ ਰਹੇ ਹੋ ਨਹੀਂ ਹੱਕਾਂ ਲਈ ਨਹੀਂ ਬੋਲ ਰਹੀ ਹੋਰ ਮੈਂ ਕਾਹਦੇ ਲਈ ਬੋਲ ਰਹੀ ਅੰਬ ਤੋੜੋ ਮੈਂ ਕਹਿ ਰਹੀ ਹਾਂ ਹੱਕਾਂ ਲਈ ਬੋਲ ਰਹੀ ਹਾਂ ਕੰਨਾਂ 'ਚ ਰੂੰ ਤੇ ਕੱਢ ਲਓ ਪਹਿਲਾਂ ਆਪਦੇ ਪਹਿਲਾਂ ਨਾਂ ਸਹੀ ਰੱਖਿਆ ਕਰੋ ਆਪਦਾ ਪਾਪਾ ਦੀ ਪ੍ਰਿੰਸੈਸ ਰੱਖ ਕੇ ਇੱਥੇ ਕਮੈਂਟ ਕਰੀ ਜਾਂਦੇ ਆ ਫੇਕ ਆਈਡੀਆਂ ਵਾਲੇ ਸਿਆਣਾ ਬੰਦਾ ਜਿਹਦੀ ਓਰਿਜਨਲ ਆਈਡੀਆ ਉਹ ਕਦੇ ਬੋਲਦਾ ਹੀ ਨਹੀਂ ਪੁੱਠਾ ਉਹਨੇ ਕ੍ਰਿਟੀਸਾਈਜ਼ ਕਰਨਾ ਇੱਕ ਤਰੀਕੇ ਨਾਲ ਕਰਨਾ ਵੀ ਆਹ ਅਨਮੋਲ ਤੁਸੀਂ ਆਹ ਗੱਲ ਬੋਲੀ ਸਾਨੂੰ ਇਹ ਗੱਲ ਚੰਗੀ ਨਹੀਂ ਲੱਗੀ ਸਿਆਣਾ ਬੰਦਾ ਕਦੇ ਨਹੀਂ ਬੋਲਦਾ ਹੁੰਦਾ ਅਸੀਂ ਉਹ ਦੱਸ ਦਾਂਗੇ ਅਸੀਂ ਉਹ ਦੱਸ ਦਾਂਗੇ ਕੀ ਦੱਸ ਅਸੀਂ ਤੁਹਾਡੇ ਬਾਗ 'ਚ ਮਰੂ ਤੋੜ ਕੇ ਲੈ ਗਏ ਜਿਹੜਾ ਤੁਸੀਂ ਸਾਨੂੰ ਕੁਝ ਦੱਸ ਦੋਗੇ ਲੜੀ ਜਾਂਦੇ ਧੋੜੇ ਬਣਾਏ ਫਿਰਦੇ ਜਾਂ ਮੈਨੂੰ ਦੱਸੋ ਮਾੜਾ ਜਿਹਾ ਕੈਪਟਨ ਸਾਹਿਬ ਨਾਲ ਉਹ ਬੰਦੇ ਮੱਥਾ ਲਾ ਕੇ ਦੱਸੋ ਸਰ ਦੱਸੋ ਸਾਡਾ ਟੈਕਸ ਜਿਹੜਾ ਭਰਦੇ ਹਾਂ ਉਹ ਕਿੱਥੇ ਜਾਂਦਾ ਬੋਲੀ ਜਾਣਾ ਇੱਕ ਚੀਜ਼ ਆਉਂਦੀ ਆ ਅਸੀਂ ਐਂ ਕਰ ਦਾਂਗੇ ਅਸੀਂ ਕੱਲ੍ਹ ਨੂੰ ਦੱਸਾਂਗੇ ਅਸੀਂ ਪਰਸੋਂ ਦੱਸਾਂਗੇ ਫਿਰ ਚੜ੍ਹਾਈ ਜਾਂਦੇ ਰਹਿੰਦੇ ਤੁਸੀਂ ਜੰਬ ਗਿਆ ਪੰਜਾਬ ਨੇ ਖਾ ਲਿਆ ਸਾਡੇ ਪਿੱਛੇ ਕਲਾਕਾਰਾਂ ਦੇ ਗਾਣੇ ਸੁਣੋ ਯਾਰ ਗਾਣੇ ਸੁਣੋ ਵਿਆਹਾਂ 'ਚ ਵਜਾਓ ਗੱਡੀਆਂ 'ਚ ਵਜਾਓ ਇੰਜੋਏ ਕਰੋ ਕਲਾਕਾਰਾਂ ਤੋਂ ਤੁਸੀਂ ਸਿਰਫ ਉਹਨਾਂ ਦੇ ਗਾਣੇ ਲੈ ਸਕਦੇ ਉਹਨਾਂ ਦੇ ਗਾਣੇ ਸੁਣ ਕੇ ਇੰਜੋਏ ਕਰ ਸਕਦੇ ਉਹ ਤੋਂ ਜ਼ਿਆਦਾ ਲੋੜ ਤਾਂ ਕੋਈ ਕਿਸੇ ਕਲਾਕਾਰ ਨੇ ਕੋਈ ਬਹੁਤ ਗਲਤ ਗੱਲ ਕਰਤੀ ਉਹਦੇ 'ਤੇ ਬੋਲੋ ਉਹ ਵੀ ਤਰੀਕੇ ਨਾਲ ਤੁਹਾਨੂੰ ਸੰਸਕਾਰ ਹੈ ਤੁਸੀਂ ਕਿਸ ਕੌਮ ਦੇ ਹੋ ਗੁਰੂ ਨਾਨਕ ਦੇਵ ਦੀ ਧਰਤੀ 'ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ 'ਤੇ ਤੁਸੀਂ ਆਹ ਗੱਲਾਂ ਕਰ ਰਹੇ ਆਹ ਗਾਲਾਂ ਇਹ ਜੀ ਭੱਦੀ ਸ਼ਬਦਾਵਲੀ ਸੁਣਦੀ ਹੈ ਤੁਹਾਨੂੰ ਪੰਜਾਬੀ ਕੌਮ ਨੂੰ
ਇੱਕ ਕਹਿੰਦੇ ਬਈ ਜਿੰਦ ਵਿਦ ਲੈਂਸ ਕਹਿੰਦੇ ਸਿੰਗਰਾਂ ਪਿੱਛੇ ਲੜੀ ਜਾਂਦੇ ਆ ਘਰ ਦੇ ਘਰ ਇਹਨਾਂ ਨੇ ਕਦੇ ਸਿਲੰਡਰ ਨਹੀਂ ਭਰਾਇਆ ਹੁੰਦਾ ਬਈ ਗੱਲ ਕਰੀ ਕੀਤੀ ਕਹਿਣ ਨੂੰ ਕੀ ਕਹਿਣਾ ਘਰੇ ਕਹਿੰਦੇ ਇਹਨਾਂ ਨੇ ਸਿਲੰਡਰ ਨਹੀਂ ਭਰਾਇਆ ਹੁੰਦਾ ਕਰੇ ਤੜਕੀ ਉੱਠ ਕੇ ਐਂ ਚੱਕ ਲੈਣ ਬੰਨ ਦਿੰਦੇ ਨੇ ਜਿੰਦਾਬਾਦ 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 ਸਿਰਫ ਭਗਤ ਸਿੰਘ ਸ਼ਹੀਦ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਉਹ ਜਿੰਦਾਬਾਦ ਨੇ ਅਸੀਂ ਕੀ ਕੀਤਾ ਗਾਣੇ ਗਾਏ ਨੇ ਯਾਰ ਜਿੰਦਾਬਾਦ ਵਾਲੀ ਕੀ ਗੱਲ ਕਰਤੀ ਕੁਰਬਾਨੀ ਕਰਤੀ ਦੇਸ਼ ਲਈ ਜਿੱਤਣ ਕੁਰਬਾਨੀ ਕਰਤੀ ਉਦਣ ਬੋਲਿਓ ਉਸ ਕਲਾਕਾਰ ਲਈ ਸਿਰਫ ਗਾਣੇ ਸੁਣਨੇ ਨੇ ਸਾਡੇ ਸਿਰਫ ਗਾਣੇ ਸੁਣੋ ਆਨੰਦ ਲਓ ਸਾਡੇ ਪਿੱਛੇ ਟਾਈਮ ਨਹੀਂ ਬਰਬਾਦ ਕਰਨਾ ਠੀਕ ਹੈ ਗਾਣਾ ਸੁਣਨਾ ਚੰਗਾ ਲੱਗਦਾ ਤਾਂ ਸੁਣ ਲਓ ਨਹੀਂ ਚੰਗਾ ਲੱਗਦਾ ਪਰਾਂ ਕਰੋ ਆ ਜਿਹੜੇ ਬੱਚੇ ਨਵੇਂ ਉੱਠੇ ਨੇ ਵਿਚਾਰੇ 15-20 ਸਾਲ ਦੇ ਤੁਹਾਡੇ ਹੱਥ 'ਚ ਦੇਸ਼ ਦਾ ਭਵਿੱਖ ਹੈ ਦੇਸ਼ ਦੇ ਭਵਿੱਖ ਨੂੰ ਨਾ ਵੇਚੋ ਇੱਥੇ ਸਮਾਂ ਬਰਬਾਦ ਕਰਕੇ ਸਵੇਰੇ ਲੱਗ ਜਾਂਦੇ ਹੋ ਆਹ ਕਰ ਦਾਂਗੇ ਉਹ ਕਰ ਦਾਂਗੇ ਜਾ ਕੇ ਲੋਟੂ ਸਰਕਾਰਾਂ ਤੋਂ ਆਪਦੇ ਹੱਕ ਮੰਗੋ ਕਿਵੇਂ ਰੁਲ ਗਈ ਮਜ਼ਦੂਰ ਕਿਸਾਨ ਪੰਜਾਬ ਦੇ ਕਿਵੇਂ ਰੁਲ ਗਏ ਧੀਆਂ ਭੈਣਾਂ ਕਿਵੇਂ ਰੁਲ ਗਈਆਂ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਹੱਕ ਮੰਗੋ ਨਾ ਰੋਲੋ ਕਲਾਕਾਰਾਂ ਪਿੱਛੇ ਮੈਂ ਇਹੀ ਕਹਿੰਦੀ ਹਾਂ ਜਿਹਦੀ ਵੀ ਮੈਨੂੰ ਸਪੋਰਟ ਹੈ ਮੈਂ ਦਿਲੋਂ ਸ਼ੁਕਰਗੁਜ਼ਾਰੀ ਕਰ ਦਿਲੋਂ ਸ਼ੁਕਰੀਆ ਕਰਦੀ ਹਾਂ ਉਹਨਾਂ ਦਾ ਲੈ ਇੱਕ ਕਹਿੰਦਾ ਅਸੀਂ ਸੁਣਦੇ ਵੀ ਨਾ ਯਾਰ ਕੋਈ ਗੱਲ ਨਹੀਂ ਮੈਂ ਕਿਹਾ ਵੀ ਨਾ ਸੁਣੋ ਜੇ ਤੁਹਾਡਾ ਨਹੀਂ ਜੀ ਕਰਦਾ ਨਾ ਸੁਣੋ ਪਰ ਟਾਈਮ ਨਾ ਵੇਸਟ ਕਰੋ ਇੱਥੇ ਜਿਹਦਾ ਜੀ ਕਰਦਾ ਉਹ ਸੁਣੋ ਨਾ ਟਾਈਮ ਥੋੜ੍ਹੀ ਵੇਸਟ ਕਰੀਦਾ ਹੁੰਦਾ ਸਾਰਾ ਦਿਨ ਸਵੇਰ ਤੋਂ ਲੈ ਕੇ ਹਲੇ ਵੀ ਨਹੀਂ ਹਟਦੇ ਦੇਖ ਆਹ ਫੇਕ ਆਈਡੀਆਂ ਵਾਲੇ ਨੂੰ ਇੱਕ ਬੰਦਾ ਫੋਲੋ ਕਰਦਾ ਕਿ ਚੁੱਪ ਕਰੋ ਇੱਕ ਬੰਦਾ ਵੀਰ ਤੈਨੂੰ ਫੋਲੋ ਕਰਦਾ ਕੀ ਤੂੰ ਫੇਕ ਆਈਡੀ ਬਣਾ ਕੇ ਤੇਰਾ ਕੀ ਕੌਣ ਆ ਤੂੰ ਇੱਕ ਚਾਰ ਪੰਜ ਬੰਦੇ ਇਹੋ ਜਿਹੀਆਂ ਫੇਕ ਆਈਡੀਆਂ ਬਣਾ ਕੇ ਜਿਉਂ ਲੱਗਦੇ ਆ ਤੇ ਭਕਾਈ ਮਾਰਨ ਮੂਰਖ ਲੋਕ ਤੇ ਜਿਹੜੇ ਵਧੀਆ ਕਮੈਂਟ ਕਰ ਰਹੇ ਉਹਨਾਂ ਲਈ ਬਹੁਤ ਸਾਰਾ ਪਿਆਰ ਠੀਕ ਹੈ ਕਮੈਂਟ ਮੈਂ ਦੇਖ ਰਹੀ ਹਾਂ ਤੁਹਾਡੇ ਅੱਛੇ ਹੈ ਫੁੱਲ ਸਪੋਰਟ ਥੈਂਕ ਯੂ ਬ੍ਰੋ ਬਹੁਤ ਸੋਹਣੇ ਆ ਬਹੁਤ ਸੋਹਣੇ ਕਮੈਂਟ ਆ ਵਿੱਚ ਫੇਕ ਆਈਡੀਆਂ ਵਾਲੇ ਵੀ ਹੈਗੇ ਨੇ ਇਹ ਜੀ ਗੱਲ ਨਹੀਂ ਹੌਲੀ ਹੌਲੀ ਆਦਤ ਹਟਣੀ ਉਹਨਾਂ ਦੀ ਕੋਈ ਗੱਲ ਨਹੀਂ ਬਈ ਫੇਕ ਆਈਡੀਆਂ ਬਣਾਈਆਂ ਉਹਨਾਂ ਨੂੰ ਚੰਗੇ ਪਾਸੇ ਲਾ ਲਓ ਤੁਹਾਡੇ ਕੋਲ ਟੈਲੈਂਟ ਆ ਫੇਕ ਆਈਡੀਆਂ ਬਣਾਉਣ ਦਾ ਪਤਾ ਨਹੀਂ ਕਿਵੇਂ ਬਣਾਉਂਦੇ ਹੋ ਸਮਝ ਤੋਂ ਬਾਹਰ ਆ ਅਤੇ ਪਰ ਉਹਨੂੰ ਚੰਗੇ ਪਾਸੇ ਲਾ ਲਓ ਕੋਈ ਗੱਲ ਨਹੀਂ ਬਣਾ ਲਈਆਂ ਪਰ ਇੱਥੇ ਨਾ ਵੇਸਟ ਕਰੋ ਟਾਈਮ ਨਾ ਵੇਸਟ ਕਰੋ ਮੇਰਾ ਵੀਰ ਕੀ ਮਿਲ ਜਾਣਾ ਠੀਕ ਹੈ ਸਿਆਣੇ ਬਣ ਜਾਓ ਕੋਈ ਨਾ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਆਪਾਂ ਕਿਹੜਾ ਕੰਪਿਊਟਰ ਤੁਹਾਡੇ ਤੋਂ ਗਲਤੀਆਂ ਹੋ ਗਈਆਂ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਜ਼ਿੰਦਗੀ 'ਚ ਸੁਧਰਨਾ ਤਾਂ ਜ਼ਰੂਰੀ ਹੈ ਨਾ ਸਮਾਜ ਗੰਦਾ ਥੋੜ੍ਹੀ ਕਰਨਾ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਟੋਰਚਰ ਕਰ ਕੀ ਮਿਲਣਾ ਪਰੇਸ਼ਾਨ ਕਰਦੇ ਹੋ ਲੋਕ ਡਿਪਰੈਸ਼ਨ 'ਚ ਜਾ ਰਹੇ ਨੇ ਕੁੜੀਆਂ ਦੇ ਗਲਤ ਫੋਟੋਆਂ ਚੱਕ ਕੇ ਆਈਡੀਆਂ ਬਣਾਉਂਦੇ ਹੋ ਕੁੜੀਆਂ ਟੋਰਚਰ ਹੁੰਦੀਆਂ ਨੇ ਕੁੜੀਆਂ ਦੀਆਂ ਕਿਸੇ ਮਾਡਲ ਦੇ ਜਾ ਕੇ ਅਤੇ ਕਿਤੇ ਜਾ ਕੇ ਗਲਤ ਕਮੈਂਟ ਕਰਦੇ ਹੋ ਸਮਾਜ ਖਰਾਬ ਹੋ ਰਿਹਾ ਇਹਦੇ ਨਾਲ ਸਾਰਾ ਦਿਨ ਵੇਸਟ ਕਰਦੇ ਹੋ ਕਿਸੇ ਚੰਗੇ ਪਾਸੇ ਲਓ ਦੁਨੀਆਂ ਦੇ ਰੰਗ ਦੇਖੋ ਦੁਨੀਆਂ ਵੇਖਣ ਆਏ ਹਾਂ ਅਸੀਂ ਸਾਰਾ ਦਿਨ ਇੰਟਰਨੈੱਟ 'ਤੇ ਬੈਠਣ ਨਹੀਂ ਆਏ ਇੰਟਰਨੈੱਟ 'ਤੇ ਬਹਿ ਕੇ ਜਦੋਂ ਤੁਸੀਂ ਬੋਲਦੇ ਹੋ ਆਪਦਾ ਦਿਮਾਗ ਖਰਾਬ ਕਰਦੇ ਹੋ ਸਾਹਮਣੇ ਵਾਲਾ ਵੀ ਦਿਮਾਗ ਖਰਾਬ ਕਰਦੇ ਹੋ ਠੀਕ ਹੈ ਸਾਡਾ ਕੰਮ ਆ ਗਾਉਣਾ ਤੁਹਾਡਾ ਕੰਮ ਆ ਸੁਣਨਾ ਇਹ ਤੋਂ ਵੱਧ ਤੀਜਾ ਕੰਮ ਸਾਡਾ ਕੋਈ ਨਹੀਂ ਹੁੰਦਾ ਅਤੇ ਜੇ ਜਿਨ੍ਹਾਂ ਨੇ ਸਮਾਜ ਨੂੰ ਖਰਾਬ ਕੀਤਾ ਉਹਨੇ ਸਾਡੇ ਪੋਲੀਟੀਸ਼ੀਅਨ ਉਹਨਾਂ ਨੂੰ ਰੋਕੋ ਜਾ ਕੇ ਇਹੀ ਮੈਂ ਸਾਰਿਆਂ ਅੱਗੇ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦੀ ਹਾਂ ਅਤੇ ਬਾਕੀ ਆਪਣੀ ਆ ਟਾਈਮ ਵੇਸਟਿੰਗ ਫੇਕ ਵਰਡ ਇਹ ਫੇਕ ਦੁਨੀਆ ਦੇ ਵਿੱਚ ਹਰ ਬੰਦਾ ਆ ਸੋਸ਼ਲ ਮੀਡੀਆ ਨੇ ਡਿਪਰੈਸ਼ਨ ਦੇ ਵਿੱਚ ਪਾਤਾ ਇਹਨੂੰ ਰੋਕ ਲਓ ਰੋਕ ਸਕਦੇ ਹੋ ਜਿਹੜੇ ਨਵੇਂ ਨਵੇਂ ਬੱਚੇ ਉੱਠੇ ਨੇ ਇਹਨਾਂ ਨੂੰ ਗਲਤ ਗਾਈਡ ਨਾ ਕਰੋ ਜਿਹੜਾ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਸਿਆਣੇ ਬਣ ਜਾਓ ਅਤੇ ਜ਼ਿੰਦਗੀ ਦੇ ਨਜ਼ਾਰੇ ਲਓ ਫਲਾਣਾ ਗਲਤ ਆ ਧਿਉਂਕਾ ਗਲਤ ਆ ਆਹ ਗਲਤ ਆ ਤੁਹਾਡਾ ਮਤਲਬ ਆਹ ਗਲਤ ਆ ਕੋਈ ਨਹੀਂ ਗਲਤ ਇੱਥੇ ਠੀਕ ਹੈ ਗਲਤ ਅਤੇ ਇਹ ਆ ਕਿ ਰੱਬ ਨੇ ਸਾਨੂੰ ਧਰਤੀ 'ਤੇ ਜਨਮ ਦਿੱਤਾ ਇਨਸਾਨ ਬਣਾ ਕੇ ਭੇਜਤਾ ਅੱਖਾਂ ਦੇਤੀਆਂ ਬੋਲਣ ਨੂੰ ਬਲ ਦੇਤੇ ਤੁਹਾਨੂੰ ਟੈਪ ਕਰਨ ਨੂੰ ਦੇਤੇ ਹੱਥ ਦੇਤੇ ਕਮੈਂਟ ਇਹ ਗਲਤ ਕੀਤਾ ਗਲਤ ਕੋਈ ਨਹੀਂ ਇੱਥੇ ਰੱਬ ਨੇ ਗਲਤੀ ਕੀਤੀ ਹੋਈ ਹੈ ਸਾਨੂੰ ਬੰਦਾ ਬਣਾ ਕੇ ਭੇਜਣ ਦੀ ਅਤੇ ਜਿਹੜਾ ਉਹ ਪਛਤਾ ਰਿਹਾ ਸਾਨੂੰ ਭੇਜ ਕੇ ਵੀ ਅਸੀਂ ਕਿੱਦਾਂ ਮਿਸਯੂਜ਼ ਕਰ ਰਹੇ ਹਾਂ ਉਹਦੇ ਦਿੱਤੇ ਗੁਣਾਂ ਦਾ ਠੀਕ ਹੈ ਬਾਕੀ ਨਜ਼ਾਰੇ ਲਓ ਮਿੱਤਰੋ ਐਸ਼ ਕਰੋ ਜ਼ਿੰਦਗੀ ਵਾਰੀ ਵਾਰੀ ਨਹੀਂ ਮਿਲਦੀ ਇੱਕ ਵਾਰੀ ਮਿਲੀ ਹੈ ਸੱਚ ਅਤੇ ਹੱਕ 'ਤੇ ਲੜੋ ਕਿਸੇ ਨੂੰ ਧੋਖਾ ਨਹੀਂ ਦੇਣਾ ਜ਼ਿੰਦਗੀ 'ਚ ਕਿਸੇ ਦਾ ਮਾੜਾ ਨਹੀਂ ਕਰਨਾ
ਕਦੇ ਦੋਸਤੀ ਚ ਪਿੱਠ ਤੇ ਵਾਰ ਨਹੀਂ ਕਰਨਾ, ਕਦੇ ਕਿਸੇ ਮੁੰਡੇ ਨੇ ਕੁੜੀ ਨੂੰ ਧੋਖਾ ਨਹੀਂ ਦੇਣਾ, ਕੁੜੀ ਨੇ ਮੁੰਡੇ ਨੂੰ ਨਹੀਂ ਚਾੜਨਾ, ਤੇ ਆਪਣੇ ਮਾਂ ਪਿਓ ਦੀ ਹਮੇਸ਼ਾ ਇੱਜ਼ਤ ਕਰਨੀ ਹੈ। ਇਹ ਕੰਮ ਜਿਹੜਾ ਬੰਦਾ ਕਰਦਾ ਰੱਬ ਉਹਨੂੰ ਕਦੀ ਦੁਖੀ ਨਹੀਂ ਕਰਦਾ, ਤੇ ਜ਼ਿੰਦਗੀ ਜਦੋਂ ਅੱਖਾਂ ਬੰਦ ਹੁੰਦੀਆਂ ਸਕੂਨ ਨਾਲ ਉਹਦੀਆਂ ਅੱਖਾਂ ਬੰਦ ਹੁੰਦੀਆਂ। ਇੰਨਾ ਕਹਿੰਦੀ ਮੈਂ ਇਜਾਜ਼ਤ ਲੈਣੀ। ਜੇਕਰ ਇਸ ਵੀਡੀਓ ਵਿਚਲੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਅਤੇ ਚੱਲ ਰਹੀ ਇਸ ਕੰਟਰੋਵਰਸੀ ਬਾਰੇ ਤੁਹਾਡਾ ਕੀ ਵਿਚਾਰ ਹੈ ਅਤੇ ਤੁਸੀਂ ਕਿਸ ਦੀ ਸਪੋਰਟ ਵਿੱਚ ਹੋ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ। ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।